ਇੱਕ ਟੈਰਾ ਤੁਹਾਨੂੰ ਟਿਕਟ ਨਾ ਮਿਲਣ ਕਰਕੇ ਲੱਗਦਾ ਕਿ ਤੁਹਾਨੂੰ ਪਾਰਟੀ ਨਹੀਂ ਕਟਾਰੇ ਚ ਖੜਾ ਕਰ ਦਿੱਤਾ ਟਿਕਟ ਨਾ ਦੇ ਕੇ ਮੈਂ ਸ਼ੁਰੂਆਤ ਇਥੋਂ ਹੀ ਕਰ ਰਹੇ ਸਭ ਤੋਂ ਪਹਿਲਾਂ ਮੈਂ ਆਪ ਜੀ ਦਾ ਆਪ ਜੀ ਦੇ ਚੈਨਲ ਦਾ ਆਪ ਜੀ ਦੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਮੈਨੂੰ ਬੁਲਾਇਆ ਗੱਲ ਕੀਤੀ ਕਟਾਰੇ ਦੀ ਖੜਾ ਹੋ ਕੇ ਗੱਲ ਕਰਾਂ ਨਹੀਂ ਨਹੀਂ ਪਹਿਲੀ ਗੱਲ ਇਹ ਹੈ ਮੇਰੀ ਟਿਕਟ ਕੱਟੀ ਨਹੀਂ ਗਈ ਕੱਟੀ ਟਿਕਟ ਉਹ ਹੁੰਦੀ ਹੈ ਜਿਹੜੀ ਮਿਲ ਜAVE ਤੇ ਫਿਰ ਕੱਟੀ ਜਾਵੇ ਮਿਲੀ ਨਹੀਂ ਹੈ ਗੱਲ ਤਾਂ ਇੱਕ ਹੋ ਗਈ 2019 ਚ ਮਿਲੀ ਸੀ 24 ਚ ਕੱਟੀ ਗਈ ਇਹ 10 ਸਾਲ ਵਾਸੇ ਥੋੜੀ ਹੁੰਦੀ ਹੈ 5 ਸਾਲ ਵਾਸੀ ਹੁੰਦੀ ਹੈ ਨਾ ਮਿਲੀ ਸੀਗੀ ਤੇ ਮੈਂ ਆਪਣਾ ਪੀਰੀਅਡ ਪੂਰਾ ਕਰ ਲਿਆ ਹੈ ਜੀ ਹੁਣ ਅਗਲੀ ਵਾਰੀ ਉਹਨਾਂ ਨੇ ਨਹੀਂ ਦਿੱਤੀ ਇਹਦਾ ਮਤਲਬ ਹੈ ਕੱਟੀ ਨਹੀਂ ਗਈ ਹੈ ਮੈਂ ਇਹ ਨਹੀਂ ਕਹ ਸਕਦਾ ਇਹ ਕੱਟੀ ਗਈ ਹੈ ਇਹ ਸਮਝ ਨਹੀਂ ਮਿਲੀ ਦੀ ਹੈ ਮਿਲੀ ਨਹੀਂ আচ্ছা ਮੈਂ ਇੱਕ ਹੋਰ ਚੀਜ਼ ਕਿਉਂਕਿ ਤੁਸੀਂ ਤੁਹਾਡੇ ਲਈ ਇਹ ਬਹੁਤ ਚਰਚਾ ਰਹੀ ਕਿ ਨਾ ਤੁਸੀਂ ਐਮਐਲਏ ਦੀ ਟਿਕਟ ਮੰਗੀ ਜਦੋਂ 2012 ਦੇ ਵਿੱਚ ਬਣ ਗਏ ਔਰ ਨਾ ਤੁਸੀਂ 2019 ਚ ਐਮਪੀ ਦੀ ਟਿਕਟ ਮੰਗੀ ਇਸ ਵਾਰ ਤੁਸੀਂ ਚਾਹੁੰਦੇ ਸੀ ਮਿਲੀ ਨਹੀਂ ਹਾਂ ਉਹਦੇ ਵਿੱਚ ਗੱਲ ਇਹ ਸੀ ਸਿਆਸਤੀਅਤ ਫੀਲਡ ਹੈ ਇਹ ਮੇਰਾ ਫੀਲਡ ਹੈ ਨਹੀਂ ਜੀ ਤੇ ਖੈਰ ਮੈਨੂੰ ਪਾਰਟੀ ਨੇ ਭਦੌੜ ਤੋਂ ਐਮਐਲਏ ਦੀ ਟਿਕਟ ਦੇ ਦਿੱਤੀ ਜੀ ਮੈਂ ਲੋਕਾਂ ਵਿੱਚ ਗਿਆ ਲੋਕਾਂ ਨੇ ਪਿਆਰ ਦੇ ਦਿੱਤਾ ਤੇ ਮੈਂ ਐਮਐਲਏ ਬਣ ਗਿਆ ਐਮਐਲਏ ਬਣਿਆ ਉਸ ਤੋਂ ਬਾਗਰ ਮੈਨੂੰ ਪਾਰਟੀ ਨੇ ਐਮਪੀ ਦੀ ਟਿਕਟ ਦੇ ਦਿੱਤੀ ਲੋਕਾਂ ਚ ਗਿਆ ਲੋਕਾਂ ਨੇ ਪਿਆਰ ਦੇ ਦਿੱਤਾ ਮੈਂ ਐਮਪੀ ਬਣ ਗਿਆ ਇਹ ਮੇਰਾ ਕਿੱਸਾ ਹੈਗਾ ਹੁਣ ਤੱਕ ਦਾ ਤੇ ਜਿੱਥੇ ਤੱਕ ਗੱਲ ਹੈਗੀ ਹੈ ਵੀ ਅੱਜ ਕਿ ਮੈਂ ਗਿਆ ਸੀਗਾ ਗਿਆ ਮੈਂ ਇਸ ਕਰਕੇ ਸੀਗਾ ਮੈਨੂੰ ਲੋਕਾਂ ਨੇ ਇਹ ਗੱਲ ਕਹੀ ਸੀ ਦੱਸੀ ਸੀ ਵੀ ਜਿਹੜੇ ਸਿਟਿੰਗ ਐਮਐਲਏ ਹੁੰਦੇ ਨੇ ਜਾਂ ਸਿਟਿੰਗ ਐਮਪੀ ਹੁੰਦੇ ਨੇ ਉਹਨਾਂ ਦੀ ਟਿਕਟ ਕੱਟੀ ਨਹੀਂ ਜਾਂਦੀ ਹੁੰਦੀ ਮਤਲਬ ਉਹਨਾਂ ਨੂੰ ਟਿਕਟ ਮਿਲ ਜਾਂਦੀ ਹੁੰਦੀ ਉਹਨਾਂ ਦਾ ਪਹਿਲਾ ਹੱਕ ਹੁੰਦਾ ਹੱਕ ਹੁੰਦਾ ਮੈਂ ਇਸ ਕਰਕੇ ਗਿਆ ਸੀ ਕੋਈ ਮਲਾਲ ਹੈ ਨਾ ਮਿਲਣ ਦਾ ਨਹੀਂ ਐਸੀ ਕੋਈ ਗੱਲ ਨਹੀਂ ਹੈ ਦੇਖੋ ਕਿਸੇ ਹੋਰ ਨੂੰ ਜਿਹਨੂੰ ਮਿਲੀ ਹੈ ਹੋ ਸਕਦਾ ਮੈਥੋਂ ਅੱਛਾ ਹੋਵੇ ਅੱਛਾ ਕੰਮ ਕਰਦਾ ਹੋਵੇ ਕਿ ਦੁਨੀਆ ਦੇ ਵਿੱਚ ਕੋਈ ਇੱਕੋ ਹੀ ਬੰਦਾ ਥੋੜੀ ਹੁੰਦਾ ਕੰਮ ਕਰਨ ਵਾਲਾ ਹੋ ਸਕਦਾ ਮੈਂ ਤਾਂ ਚੰਗਾ ਕੰਮ ਕਰਦੇ ਹੁਣ ਉਹਨਾਂ ਨੂੰ ਪਾਰਟੀ ਨੇ ਚੇੜ ਦੇਤੀ ਪਾਰਟੀ ਨੇ ਲਵਾਜਿਆ ਬੜੀ ਅੱਛੀ ਗੱਲ ਹੈ ਮੈਂ ਹੋ ਸਕਦਾ ਮੇਰੇ ਕੰਮ ਦੇ ਵਿੱਚ ਕੋਈ ਬਹੁਤ ਰਗੂੜਤਾ ਹੋ ਗਈ ਹੋਵੇ ਮੇਰੇ ਕੰਮ ਦੇ ਵਿੱਚ ਕਮੀਆਂ ਰਹੀਆਂ ਹੋਣ ਤਾਂ ਹੋ ਸਕਦਾ ਇਸ ਕਰਕੇ ਮੈਨੂੰ ਟਿਕਟ ਨਹੀਂ ਮਿਲੀ ਕਿਉਂਕਿ ਅੱਗੇ ਹੁਣ ਵਿਧਾਨ ਸਭਾ ਚੋਣਾਂ ਵੀ ਆਉਣੀਆਂ ਜੇ ਫੇਰ ਦੁਬਾਰੇ ਤੁਹਾਨੂੰ ਸੱਦਾ ਜਾਂਦਾ ਹੈ ਪਾਰਟੀ ਵੱਲੋਂ ਤਿਆਰ ਹਾਂ ਜਾਂ ਹੋ ਗਈ ਸਿਆਸਤ ਨਹੀਂ ਜੇ ਮੈਨੂੰ ਪਾਰਟੀ ਬਣਾਉਗੀ ਮੈਂ ਲੋਕਾਂ ਦੀ ਸੇਵਾ ਵਾਸਤੇ ਮੈਂ ਬਹੁਤ ਖੁਸ਼ਕਿਸਮਤ ਆਦਮੀ ਹਾਂ ਮੈਂ ਜ਼ਿੰਦਗੀ ਚ ਸਿੱਗਾ ਮੈਂ ਆਪਣੀ ਜੀਵਿਕਾ ਵਾਸਤੇ ਕੰਮ ਕਰਦਾ ਹਾਂ ਹਾਂ ਮੈਂ ਕਿੰਨੇ ਵਾਰ ਸੇ ਕੰਮ ਕਰਦਾ ਸੀਗਾ ਨੌਂਦਾ ਸੀ ਉਦੋਂ ਵੀ ਲੋਕ ਖੁਸ਼ ਕੀਤੇ ਨੇ ਹਾਂਜੀ ਹੁਣ ਜਦੋਂ ਮੈਨੂੰ ਇਸ ਉਮਰ ਦੇ ਵਿੱਚ ਐਮਐਲਏ ਦੀ ਤੇ ਐਮਪੀ ਦੀ ਟਿਕਟ ਮਿਲੀ ਮੈਂ ਹੁਣ ਵੀ ਸੇਵਾ ਨੂੰ ਮਤਲਬ ਪ੍ਰਾਥਮਿਕਤਾ ਦੇ ਕੇ ਮੈਂ ਸਮਝਦਾ ਵੀ ਸੇਵਾ ਉਹਨੂੰ ਮਿਲਦੀ ਹੈ ਜਿਹਦੇ ਤੇ ਪਰਮਾਤਮਾ ਦਿਆਲ ਹੋਵੇ ਨਿਹਾਲ ਹੋਵੇ ਜਿਹਦੇ ਤੇ ਖੁਸ਼ ਹੋਵੇ ਉਹਨੂੰ ਸੇਵਾ ਦਾ ਮੌਕਾ ਮਿਲਦਾ ਤੇ ਇਸ ਕਰਕੇ ਮੈਂ ਸਮਝਦਾ ਜੇ ਸੇਵਾ ਦਾ ਮੌਕਾ ਮਿਲੇ ਮੈਂ ਕਰੂੰਗਾ ਮਤਲਬ ਤੁਸੀਂ ਫਿਰ ਕੋਈ ਹੋਰ ਸੀਟ ਵੀ ਤੁਹਾਨੂੰ ਮਿਲ ਰਹੀ ਸੀ ਉੱਥੋਂ ਲੈ ਲੈਂਦੇ ਟਿਕਟ ਹਾਂ ਤੁਸੀਂ 2012 ਦੇ ਵਿੱਚ ਲੜੇ ਪਧੌੜ ਤੋਂ ਜਿਵੇਂ ਗਲਤ ਨਹੀਂ ਤਾਂ 2017 ਚ ਲੜੇ ਪੁਚੋ ਤੋਂ ਪੁਚੋ ਤੋਂ ਉੱਥੇ ਤੁਸੀਂ ਜਿੱਤ ਨਹੀਂ ਲੂਜ਼ ਕਰ ਗਿਆ ਹਾਂ ਤੁਹਾਨੂੰ ਇਹੀ ਦਿਮਾਗ ਦੇ ਵਿੱਚ ਸੀਗਾ ਕਿ ਦੇਖੋ ਵਿਧਾਨ ਸਭਾ ਮੈਂਨੇ ਆਪਣੀ ਸੀਟ ਚੇਂਜ ਕਰ ਲਈ ਤੇ ਹੁਣ ਜੇ ਮੈਨੂੰ ਐਮਪੀ ਵਾਲੀ ਵੀ ਸੀਟ ਚੇਂਜ ਕਰ ਦਣਗੇ ਤਾਂ 2017 ਵਾਲਾ ਨਤੀਜਾ ਨਾ ਆ ਜਾਵੇ ਨਹੀਂ ਇਹ ਗੱਲ ਹਾਂ ਚਲੋ ਇਹ ਵੀ ਹੋ ਸਕਦਾ ਹੈ ਲੇਕਿਨ ਜੇ ਮੈਨੂੰ ਇਹ ਗੱਲ ਪਹਿਲਾਂ ਕਹੀ ਜਾਂਦੀ ਨਾ ਕਿਉਂਕਿ ਮੈਂ ਜਦੋਂ ਮੈਨੂੰ ਟਿਕਟ ਜੈਤੋ ਦੀ ਮਿਲੀ ਹੈ ਉਦੋਂ ਮੈਂ ਬੇਨਤੀ ਕੀਤੀ ਸੀ ਪਾਰਟੀ ਨੂੰ ਕਿ ਮੈਂ ਉੱਥੇ ਕਦੇ ਗਿਆ ਨਹੀਂ 5 ਸਾਲ ਮੈਂ ਭਦੌੜ ਰਿਹਾ ਮੈਂ ਮੈਨੂੰ ਲੋਕ ਜਾਣਦੇ ਨੇ ਲੋਕਾਂ ਨੂੰ ਮੈਂ ਜਾਣਦਾ ਮੇਰੇ ਇੱਥੇ ਕੰਟਰੈਕਟ ਬਣੇ ਹੋਏ ਨੇ ਹਾਂਜੀ ਮੇਰੇ ਨਾਲ ਲੋਕ ਜੁੜੇ ਹੋਣੇ ਜੋੜਕਾ ਨਾਲ ਮੈਂ ਜੁੜਿਆ ਹੋਇਆ ਮੈਨੂੰ ਤੁਸੀਂ ਇੱਥੇ ਦੀ ਟਿਕਟ ਦੇ ਦਿਓ ਉਹ ਕਹਿਣ ਲੱਗੇ ਨਹੀਂ ਨਹੀਂ ਫਿਕਰ ਨਾ ਕਰੋ ਪਾਰਟੀ ਆਉਗੀ ਉੱਥੇ ਤੁਸੀਂ ਸੈਲੀਬ੍ਰਿਟੀ ਹੋ ਤੁਸੀਂ ਇਹ ਕਰ ਲਓ ਕਿ ਮੈਂ ਲਜਾਨ ਬੰਦਾ ਸੀਗਾ ਮੈਂ ਕਿਹਾ ਹੋ ਸਕਦਾ ਵੀ ਜਿਹੜੀ ਗੱਲ ਇਹ ਕਹਿੰਦੇ ਨੇ ਉਹ ਸੱਚੀ ਹੋਵੇ ਪਰ ਉਹ ਗੱਲ ਝੂਠੀ ਨਿਕਲੀ ਜਿੰਨਾ ਕ ਪਹਿਲਾਂ ਦੱਸ ਦਿੰਦੀ ਪਾਰਟੀ ਸਿਰਫ 15 ਦਿਨ ਤਾਂ ਫਿਰ ਮਹੀਨਾ ਪਹਿਲਾਂ ਪਤਾ ਲੱਗਿਆ ਕਿ ਚੱਬੇਵਾਲ ਜੀ ਚਲੇ ਗਏ ਤੁਹਾਨੂੰ ਤਾਂ ਹੁਸ਼ਿਆਰਪੁਰ ਭੇਜ ਰਹੇ ਸੀ ਨਹੀਂ ਜੇ ਮੈਨੂੰ ਇਹੀ ਗੱਲ ਉਹ 6 ਮਹੀਨੇ ਪਹਿਲਾਂ ਕਹਿੰਦੇ ਨਾ ਵੀ ਤੇਰੀ ਜਗ੍ ਪਤਾ ਨਹੀਂ ਕਿ ਪਾਰਟੀ ਨੂੰ ਕੀ ਪਤਾ ਕਿ ਚੱਬੇਵਾਲ ਸਾਹਿਬ ਚਲੇ ਜਾਣਗੇ ਕਿ ਉੱਥੇ ਇਹਨਾਂ ਨੂੰ ਟਿਕਟ ਦੇਣੀ ਹੋਣੀ ਕੋਈ ਹੋਰ ਲਿਆਉਣਾ ਪੈਣਾ ਨਹੀਂ ਫਿਰ ਕੋ ਉਸ ਇਲਾਕੇ ਦਾ ਬੰਦਾ ਦੇਖ ਲੈ ਲਦੇ ਮੈਂ ਦੂਰ ਬੈਠਾ ਸੀ ਜੇ ਮੈਨੂੰ 6 ਮਹੀਨੇ 5 ਮਹੀਨੇ ਪਹਿਲਾਂ ਦੱਸ ਦਿੰਦੇ ਨਾ ਵੀ ਭਾਈ ਆ ਗੱਲ ਹੋ ਸਕਦੀ ਹੈ ਫਿਰ ਮੈਂ ਉੱਥੇ ਲੋਕਾਂ ਦੇ ਨਹੀਂ ਤੁਹਾਨੂੰ ਆਫਰ ਹੋਈ ਦੂਸਰੇ ਹਲਕੇ ਦੀ ਕੋਈ ਨਹੀਂ ਜੀ ਤੁਸੀਂ ਮਨਾ ਕਰਤਾ ਮਨਾ ਕਰਦਾ ਹਮ ਅਗਲੀ ਮੈਂ ਕਿੰਨਾ ਚਿਰ ਹੋ ਗਿਆ ਸੁਦੀਕ ਸਾਹਿਬ ਕਾਂਗਰਸ ਪਾਰਟੀ ਨਾਲ ਜੁੜਿਆ ਮੇਰੀ ਖੁਸ਼ਕਿਸਮਤੀ ਇਹ ਹੈ ਵੀ ਮੈਂ ਪੰਡਿਤ ਜਵਾਹਰ ਲਾਲ ਨਹਿਰੂ ਦੀ ਸਟੇਜ ਤੇ ਗਿਆ ਇਹ ਉਹਨਾਂ ਦਾ ਪੰਜਾਬ ਦਾ ਆਖਰੀ ਵਿਜ਼ਿਟ ਸੀਗਾ ਕਿਹੜੇ ਸਾਲ ਚ ਰਾਜਪੁਰੇ ਆਏ ਸੀਗੇ ਸਾਲ ਮੈਨੂੰ ਯਾਦ ਨਹੀਂ ਆ ਸ਼ਾਇਦ 60 60 ਜਾਂ 61 ਸੀ ਠੀਕ ਹੈ ਇਹ ਮੈਨੂੰ ਯਾਦ ਹੈ 60 ਜਾਂ 61 ਸੀਗਾ ਰਾਜਪੁਰੇ ਆਏ ਸੀਗੇ ਬਹੁਤ ਦੁਨੀਆ ਸੀ ਮੈਂ ਉਹਦੀ ਸਟੇਜ ਤੇ ਗਿਆ ਮੈਂ ਉਹਨਾਂ ਦੇ ਲੈਕਚਰ ਤੋਂ ਇੰਨਾ ਪ੍ਰਭਾਵਿਤ ਹੋਇਆ ਬਈ ਉਸੇ ਵੇਲੇ ਚਲੋ ਇਹ ਤਾਂ ਮਹਿਕਮੇ ਦੀ ਗੱਲ ਸੀ ਮਹਿਕਮਾ ਪਬਲਿਕ ਰਿਲੇਸ਼ਨ ਜਿਹੜਾ ਹੁੰਦਾ ਲੋਕ ਸੰਪਰਕ ਦਾ ਉਹਨਾਂ ਨੇ ਮੈਨੂੰ ਉੱਥੇ ਰੱਖ ਲਿਆ ਹਾਂ ਨੌਕਰੀ ਦੇ ਦਿੱਤੀ ਪਹਿਲਾਂ ਡਿਲੀਵਰਸ ਦਿੱਲੀ ਵਰਸ ਤੇ ਰੱਖਿਆ ਬਾਦ ਵਿੱਚ ਮੈਨੂੰ ਪਰਮਨੈਂਟ ਕਰ ਲਿਆ ਲੇਕਿਨ ਮੇਰੇ ਦਿਮਾਗ ਔਰ ਦਿਲ ਦੇ ਵਿੱਚ ਪੰਡਿਤ ਜੀ ਦੀ ਸਪੀਚ ਉਹਨਾਂ ਦਾ ਬੜਾ ਮਿੱਠਾ ਮਿੱਠਾ ਬੋਲਣਾ ਉਹ ਐਸਾ ਦਿਮਾਗ ਤੇ ਹੋਇਆ ਮੈਂ ਕਹਿੰਦਾ ਬਹੁਤ ਇਹ ਕੁਦਰਤੀ ਗੱਲ ਹੈ ਉਸ ਵੇਲੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਨ ਸਰਦਾਰ ਪ੍ਰਤਾਪ ਸਿੰਘ ਕਹਿਰੋ ਬੜੀਆਂ ਉਚਾਈਆਂ ਦੀਆਂ ਗੱਲਾਂ ਸੀ ਬਹੁਤ ਉਸ ਵੇਲੇ ਤਰੱਕੀ ਹੋ ਰਹੀ ਸੀ ਹਾਂਜੀ ਸੜਕਾਂ ਸਕੂਲ ਤੇ ਡਿਸਪੈਂਸਰੀਆਂ ਇਹ ਪਿੰਡਾਂ 'ਚ ਜਾ ਰਹੀਆਂ ਸੀਗੀਆਂ ਮੈਂ 6 ਸਾਲ ਲੋਕ ਸੰਪਰਕ ਦੇ ਵਿਭਾਗ ਦੇ ਵਿੱਚ ਕੰਮ ਕੀਤਾ ਮੈਨੂੰ ਅੱਛਾ ਲੱਗਿਆ ਮੈਨੂੰ ਪਾਰਟੀ ਦੀ ਪਾਲਿਸੀ ਅੱਛੀ ਲੱਗੀ ਪਾਰਟੀ ਦੇ ਕੰਮ ਕਰਨ ਦਾ ਤਰੀਕਾ ਅੱਛਾ ਲੱਗਿਆ ਤਾਂ ਮੈਂ ਮਤਲਬ ਇਹਦੇ ਵਿੱਚ ਤੁਸੀਂ ਸਮਝ ਲਵੋ 70 ਦੇ ਕਰੀਬ ਜੁੜ ਗਏ ਹਾਂ ਪਾਰਟੀ 'ਚ 1970 ਦੇ ਨੇੜੇ ਤੇੜੇ ਨਹੀਂ ਪਾਰਟੀ ਦੇ ਵਿੱਚ ਤਾਂ ਮੈਂ ਉਦੋਂ ਹੀ ਆ ਗਿਆ ਸੀਗਾ ਮਤਲਬ ਜੁਆਇਨ ਨਹੀਂ ਸੀ ਕੀਤੀ ਲੇਕਿਨ ਕਿਉਂਕਿ ਮੈਨੂੰ ਲੱਗੇ ਸੀ ਕਿ ਲੋਕ ਸੰਪਰਕ ਵਿਭਾਗ ਦੇ ਵਿੱਚ ਇਸ ਕਰਕੇ ਉਹ ਕਾਂਗਰਸ ਦਾ ਹੀ ਕੰਮ ਸੀ ਕਿਉਂਕਿ ਮੈਂ ਮੈਂ ਸਦੀਕ ਸਾਹਿਬ ਇਹ ਸਵਾਲ ਇਸ ਲਈ ਪੁੱਛ ਰਿਹਾ ਕਿ ਅੱਜ ਕੱਲ ਤਾਂ ਘੰਟੇ ਦਾ ਕਿਸੇ ਦਾ ਪਤਾ ਨਹੀਂ ਹੁੰਦਾ ਕਿ ਜੇ ਸਵੇਰੇ ਇੱਕ ਲੀਡਰ ਕਿਸੇ ਪਾਰਟੀ 'ਚ ਹੈ ਤਾਂ ਸ਼ਾਮ ਨੂੰ ਉਹ ਕਿਸੇ ਦੂਜੀ ਪਾਰਟੀ 'ਚ ਵੀ ਹੋ ਜਾਂਦਾ ਸੋ ਇੱਕ ਪਾਰਟੀ ਨਾਲ ਲੰਮਾ ਸਮਾਂ ਜੁੜ ਕੇ ਰਹਿਣਾ ਤੁਹਾਡਾ ਤਜਰਬਾ ਜਾਂ ਤੁਹਾਡੇ ਤੁਹਾਡੀ ਥੋੜੀ ਸੋਚ ਇਸ ਇਸ ਨੂੰ ਕਿਵੇਂ ਦੇਖਦੀ ਹੈ ਦੇਖੋ ਮੈਂ ਆਪਣੇ ਮੂੰਹੋਂ ਮਿਆ ਮਿੱਠੂ ਬਣੂ ਇਹ ਤਾਂ ਅਛਾ ਨਹੀਂ ਲੱਗਦਾ ਲੇਕਿਨ ਮੈਂ ਆਪਣੀ ਸੋਚ ਬਾਰੇ ਇਹ ਦੱਸ ਦਿਲਣਾ ਬਈ ਜਿਹੜੀ ਗੱਲ ਮੈਨੂੰ ਚੰਗੀ ਲੱਗਦੀ ਹੈ ਮੈਂ ਉਹੀ ਕਰਦਾ ਜਿਹੜੀ ਨਹੀਂ ਚੰਗੀ ਲੱਗਦੀ ਨਹੀਂ ਕਰਦਾ ਜਦੋਂ ਮੈਂ ਤੁਰਦਾ ਮੈਂ ਸਿੱਧਾ ਤੁਰਦਾ ਖੱਬੇ ਸੱਜੇ ਦੇਖਣ ਦੀ ਕੋਸ਼ਿਸ਼ ਵੀ ਨਹੀਂ ਕਰਦਾ ਹੋ ਸਕਦਾ ਕਈ ਵਾਰੀ ਖੱਬੇ ਹੋ ਜਾਂ ਸੱਜੇ ਹੋ ਕੋਈ ਆਕੇ ਐਕਸੀਡੈਂਟ ਕਰ ਦੇਵੇ ਪਰ ਮੇਰਾ ਜਿਹੜਾ ਤੀਚਾ ਹੁੰਦਾ ਉਹ ਸਿੱਧਾ ਚੱਲਣ ਦਾ ਹੁੰਦਾ ਇਸ ਕਰਕੇ ਮੈਂ ਕਦੇ ਸੋਚਿਆ ਵੀ ਨਹੀਂ ਹੈਗਾ ਵੀ ਮੈਂ ਪਾਰਟੀ ਛੱਡ ਦੂੰਗਾ ਪਾਰਟੀ ਛੱਡਣ ਦੇ ਜਿਹੜੇ ਮੈਂ ਹੁਣ ਦੇਖ ਰਿਹਾ ਗੱਲਾਂ ਉਹ ਸਿਰਫ ਦੋ ਹੀ ਅ ਮਤਲਬ ਵਜਾ ਹੁਲੀ ਨੇ ਇੱਕ ਡਰ ਦੂਜਾ ਲਾਲਚ ਡਰ ਮੈਨੂੰ ਕਿਸੇ ਦਾ ਨਹੀਂ ਹੈ ਕਿਉਂਕਿ ਮੈਂ ਕਦੇ ਜ਼ਿੰਦਗੀ ਵਿੱਚ ਕੋਈ ਗਲਤ ਕੰਮ ਕੀਤਾ ਨਹੀਂ ਹੈ ਲਾਲਚ ਮੈਨੂੰ ਕੋਈ ਨਹੀਂ ਹੈ ਮੈਂ ਨਾ ਤਾਂ ਵੱਡੀਆਂ ਗੱਡੀਆਂ ਲੈਣੀਆਂ ਨੇ ਨਾ ਵੱਡੇ ਮਹਿਲੋ ਸਾਰਨੇ ਨੇ ਛੱਤ ਵੀ ਪ੍ਰਮਾਤਮਾ ਨੇ ਦਿੱਤੀ ਹੋਈ ਹੈ ਕੱਪੜੇ ਵੀ ਪਾਏ ਹੋਏ ਨੇ ਕੋਸ਼ਿਸ਼ ਤਾਂ ਹੋਈ ਹੁਣੀ ਹੈ ਲਾਲਚ ਦੇਣ ਦੀ ਹਾਂ ਲੋਕਾਂ ਬਾਰੇ ਤਾਂ ਹੁੰਦਾ ਹਰ ਬੰਦਾ ਚਾਹੁੰਦਾ ਹੈ ਕਿ ਸਾਡਾ ਪਰਿਵਾਰ ਵਧੇ ਜਾਵੇ ਚਾਹੇ ਕਿਸੇ ਤਰੀਕੇ ਨਾਲ ਵੀ ਵਧੇ ਹੈ ਜੀ ਤੇ ਤਰ ਮੇਰਾ ਮਨ ਨਹੀਂ ਮੰਨਿਆ ਹਮ ਸਦੀਕ ਸਾਹਿਬ ਤੋਂ ਸੱਜੇ ਖੱਬੇ ਦੇਖਦਣੀ ਹੈਗੇ ਤਾਂ ਹੀ ਤਾਂ ਨਹੀਂ ਕਿਤੇ ਕੋਈ ਸੱਜੇ ਖੱਬੇ ਤੋਂ ਤੁਹਾਡੀ ਟਿਕਟ ਨੂੰ ਟੱਕਰ ਮਾਰ ਕੇ ਲੈ ਗਿਆ ਨਾਲ ਹੋ ਸਕਦਾ ਉਹਨਾਂ ਦਾ ਐਸਾ ਇਰਾਦਾ ਹੋਵੇ ਕਿ ਆ ਜਾਂਦਾ ਕਿ ਸਾਹਮਣੇ ਦੇਖ ਰਹੇ ਹੋ ਦੇਖ ਰਹੇ ਹੋ ਸੱਜੇ ਖੱਬੇ ਜ਼ਿਆਦਾ ਮਤਲਬ ਤੁਸੀਂ ਟਿਕੜਮ ਬਾਜ਼ੀਆਂ ਨਹੀਂ ਟਿਕੜਮ ਬਾਜ਼ੀਆਂ ਕਹਿਣਾ ਚਾ ਰਹੇ ਹੈ ਕਿ ਤੁਸੀਂ ਟਿਕੜਮ ਬਾਜ਼ੀਆਂ ਨਹੀਂ ਸਿੱਖ ਪਾਈ ਰੱਬ ਨਾਮ ਸਖਾਵੇ ਅੱਛੀ ਗੱਲ ਹੈ ਮੇਰੇ ਮਨ ਨੂੰ ਸ਼ਾਂਤੀ ਬਹੁਤ ਹੈ ਮੈਂ ਸਾਫ਼ ਗੱਲ ਦੰਦਾ ਟਿਕਟ ਨਾ ਮਿਲਣ ਦਾ ਦੁੱਖ ਜ਼ਰੂਰ ਹੁੰਦਾ ਕਿਉਂਕਿ ਮੈਂ ਇਨਸਾਨ ਹਾਂ ਪੱਥਰ ਨਹੀਂ ਹਾਂ ਠੀਕ ਹੈ ਹਾਂ ਦਰਸਤ ਗੱਲ ਹੈ ਦੁੱਖ ਜ਼ਰੂਰ ਹੁੰਦਾ ਪਰ ਇਹ ਵੀ ਗੱਲ ਨਹੀਂ ਆ ਵੀ ਤੁਸੀਂ ਦੁੱਖ ਨੂੰ ਗਾਲ ਕੇ ਬਾਕੇ ਤੁਰੇ ਫਿਰੋ ਅੱਛਾ ਨਹੀਂ ਲੱਗਦਾ ਹੈ ਜੀ ਜਿਹੜਾ ਸਮਾਂ ਬੀਤ ਗਿਆ ਉਹ ਬਹੁਤ ਅੱਛਾ ਸੀਗਾ ਅਗਲੇ ਸਮੇਂ ਦੀ ਉਡੀਕ ਕਰੋ ਅੱਛਾ ਆ ਜਾਊਗਾ ਪਾਰਟੀ ਨੇ ਕਿਹਾ ਵੀ ਉਮੀਦਵਾਰਾਂ ਲਈ ਨਿਕਲੋ ਪ੍ਰਚਾਰ ਕਰੋ ਔਰ ਕਰੋਗੇ ਅਗਲੇ ਦਿਨਾਂ ਦੇ ਹਾਂ ਮੈਨੂੰ ਪਾਰਟੀ ਦਾ ਹੁਕਮ ਹੋਊਗਾ ਮੈਂ ਜ਼ਰੂਰ ਕਰੂੰਗਾ ਨਹੀਂ ਤੁਸੀਂ ਵਾਰ-ਵਾਰ ਜ਼ਿਕਰ ਕਰ ਰਹੇ ਹੋ ਤੁਸੀਂ ਬਿਲਕੁਲ ਇਸ ਸਮੇਂ ਐਕਟਿਵ ਨਹੀਂ ਪਿੱਛੇ ਬਹੁਤ ਘਟ ਦਿਨ ਹੈ ਹੁਣ ਇਲੈਕਸ਼ਨ ਨੂੰ ਜਿੱਥੇ ਦੇ ਤੁਸੀਂ ਐਮਪੀ ਉ ਉੱਥੇ ਵੀ ਤੁਸੀਂ ਪ੍ਰਚਾਰ ਚ ਐਕਟਿਵ ਨਜ਼ਰ ਨਹੀਂ ਆ ਰਹੇ ਨਹੀਂ ਹਾਲੇ ਮੈਂ ਕਰ ਇਸ ਕਰਕੇ ਬੈਠਾ ਸੀਗਾ ਭਈ ਮੈਨੂੰ ਹਾਲੇ ਕੋਈ ਲੈਟਰ ਨਹੀਂ ਮਿਲਿਆ ਮੈਨੂੰ ਕੋਈ ਆਰਡਰ ਨਹੀਂ ਮਿਲਿਆ